ਮੈਂ ਮਹਾਰਾਜ ਮੇਰੀ ਗੱਲ ਨੂੰ ਸੁਣੋ, ਪਾਲਿਸੀ ਜਿਹੜੀ ਬਣਾਉਣੀ ਹੈ ਜਾਂ ਤਾਂ ਪਿਛਲੀ ਪਾਲਿਸੀ ਨੂੰ ਡਿਟੋ ਕਰ ਦਿੰਦੇ, ਉਹਦੇ ਵਿੱਚ ਲੋ ਹੁੰਦਾ ਹੈ, ਜਦੋਂ ਲੋ ਪਾਉਂਦੇ ਹੋ ਤੁਸੀਂ ਉਹਦੇ 'ਚ ਸਜ਼ਾ ਆਉਂਦੀ ਹੈ ਵੀ ਭਾਈ ਜੇ ਤੁਸੀਂ ਇਹਦੀ ਉਲੰਘਣਾ ਕੀਤੀ ਤਾਂ ਤੁਹਾਨੂੰ ਸਜ਼ਾ ਦਿੱਤੀ ਜਾਊਗੀ। ਜਦੋਂ ਸਜ਼ਾ ਆਉਂਦੀ ਹੈ ਤਾਂ ਉਹ ਐੱਲ ਆਰ ਕੋਲ ਜਾਂਦਾ ਹੈ, ਐੱਲ ਆਰ ਕੋਲ ਉਹਦੀ ਵੈਟਿੰਗ ਹੁੰਦੀ ਹੈ, ਵੈਟਿੰਗ ਹੋਣ ਤੋਂ ਬਾਅਦ ਉਹ ਕੈਬਨਿਟ 'ਚ ਜਾਂਦੀ ਹੈ, ਕੈਬਨਿਟ ਤੋਂ ਜਾਣ ਤੋਂ ਬਾਅਦ ਉਹ ਵਿਧਾਨ ਸਭਾ ਦੇ ਵਿੱਚ ਜਾਂਦੀ ਹੈ। ਮਹਾਰਾਜ ਅਸੀਂ 10 ਪਾਲਿਸੀਆਂ ਜਿਹੜੀਆਂ ਕਲੀਅਰ ਕੀਤੀਆਂ ਉਹਦੀ ਵੀ ਤਾਂ ਤਾਰੀਫ ਕਰੋ, ਇੱਕ ਫੜ ਕੇ ਬਹਿ ਜਾਂਦੇ ਹੋ ਵੀ ਜਿਹੜੀ ਨਹੀਂ ਹੋਈ ਤੇ ਜਿਹੜੀਆਂ 11 ਕਲੀਅਰ ਕੀਤੀਆਂ ਉਹ ਆਉਂ ਉਹ ਗੁਰਦੁਆਰੇ। ਮਿੱਤਰ ਪਿਆਰੇ ਇਹ ਇੰਨਾ ਸੌਖਾ ਨਹੀਂ ਹੈ, ਇਹ 15-20 ਸਾਲਾਂ ਦਾ ਜਿਹੜਾ ਖਿਲਾਰਾ ਹੈ ਹੈ ਉਹਨੂੰ ਸਮੇਟਣ ਡਿਆ ਨਵਜੋਤ ਸਿੰਘ ਸਿੱਧੂ ਹੈ 54 ਰਵਾਦਾਰ ਨਹੀਂ। ਔਰ ਮੈਨੂੰ ਦੱਸੋ ਕਿ DC ਰੇਟ ਬੋਰਡਾਂ ਦੇ 55 ਰੁਪਈਏ ਅਤੇ ਕੋਈ ਸਰਕਾਰ ਅਗਰ 10 ਰੁਪਈਏ ਦੇ ਵਿੱਚ ਦੇ ਦੇਵੇ ਹੈਂਜੀ, ਔਰ ਬੋਰਡ ਦਾ ਰੇਟ ਹੋਵੇ 800 ਰੁਪਈਏ ਸਕੁਏਅਰ ਫੁੱਟ ਅਤੇ ਉਹ ਦਿੱਤਾ ਹੋਵੇ 10 ਰੁਪਈਏ ਦੇ ਵਿੱਚ, ਅਤੇ ਇਹ ਨਹੀਂ ਹੋ ਗਿਆ ਵੀ ਇਹ ਅਨੇਰ ਨਹੀਂ ਹੈ, ਇਹ ਚੋਰੀ ਹੈ ਕਿ ਡਕੈਤੀ ਹੈ, ਇਹ ਤੁਸੀਂ ਫੈਸਲੇ ਕਰੋ। ਇਹ ਤੁਹਾਨੂੰ ਪਤਾ ਕਿ 84 ਸ਼ਹਿਰਾਂ ਦੇ ਵਿੱਚੋਂ ਹਰਿਆਣਾ 250 ਕਰੋੜ ਰੁਪਈਏ ਕਮਾ ਰਿਹਾ ਅਤੇ ਅਸੀਂ 164 ਸ਼ਹਿਰਾਂ ਦੇ ਵਿੱਚੋਂ 20 ਕਰੋੜ ਰੁਪਈਏ ਕਰਾ ਰਹੇ, ਉਹਦੇ 'ਚੋਂ ਮੋਹਾਲੀ 12 ਕਰੋੜ ਦਿੰਦੀ ਹੈ, ਅਤੇ ਮਹਾਰਾਜ ਇਹਦੇ ਥੱਲੇ ਨਹੀਂ ਪਹੁੰਚੇ ਤੁਸੀਂ, ਇਹਦੀ ਵੀ ਪੜਤਾਲ ਕਰੋ ਹੈ, ਅਤੇ ਇਹਦੀ ਪੜਤਾਲ ਕਰਕੇ ਫਿਰ ਦੇਖੋ ਵੀ ਜੇ ਇਸ ਪਾਲਿਸੀ ਨੂੰ ਸੁਧਾਰਨਾ ਪਵੇ ਤਾਂ ਉਹਨੂੰ ਸੁਧਾਰਨ ਨੂੰ ਕਿੰਨਾ ਕੁ ਟਾਈਮ ਲੱਗਦਾ। ਮੈਂ ਕਿਹਾ ਮੇਰੀ ਕੋਠੀ ਦੇ ਬਾਹਰ ਵੈਲਕਮ ਨੇ, ਮੈਂ ਉਹਨਾਂ ਨੂੰ ਲੱਡੂ ਖਵਾਊਂਗਾ, ਉਹਨਾਂ ਨੂੰ ਚਾਹ ਪਿਆਊਂਗਾ, ਉਹਨਾਂ ਨੂੰ ਕੌਫੀ ਪਿਆਊਂਗਾ, ਉਹ ਮੇਰੇ ਭਰਾ ਨੇ, ਸਾਡਾ ਹਿੱਸਾ ਨੇ, ਜੇ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਤਾਂ ਭਾਈ ਉਹ ਸਾਡੇ ਹਿੱਸੇਦਾਰ ਨੇ, ਅਤੇ ਭਾਈ ਚਾਹੇ ਕਿਸੇ ਨੇ ਭੇਜੇ ਹੋਣ ਚਾਹੇ ਉਹ ਆਪਣੀ ਰਜ਼ਾਮੰਦੀ ਨਾਲ ਆਏ ਹੋਣ, ਅਸੀਂ ਸਭ ਸਮਝਦੇ ਹਾਂ ਕਿ ਰੋਟੀ ਨੂੰ ਚੋਚੀ ਨਹੀਂ ਕਹਿੰਦੇ ਮਿੱਤਰ ਪਿਆਰੇ। ਹਾਂਜੀ ਮਹਾਰਾਜ ਇੱਥੇ ਦੇਖੋ ਗੱਲ ਪਤਾ ਕੀ ਹੈ, ਇਹ ਹੁਣ ਤੁਸੀਂ ਵੀ ਸਮਾਈਲ ਇਸੇ ਕਰਕੇ ਦੇਣ ਡੇ ਹੋ ਹੈ, ਮੈਂ ਉਹਨਾਂ ਦੇ ਮੋਢੇ 'ਤੇ ਹੱਥ ਰੱਖੂੰਗਾ, ਭਾਈ ਇਹ ਉਹਨਾਂ ਦਾ ਹੱਕ ਹੈ, ਉਹਨਾਂ ਦਾ ਅਧਿਕਾਰ ਹੈ, ਪਰ ਸੁਮੜੀ 'ਚ ਗੁਮੜੀ ਕੀ ਹੈ ਇਹ ਤੈਨੂੰ ਪਤਾ ਹੈ। ਦੇਖੋ ਕੋਈ ਵੀ ਮੈਟਰ ਜਿਹੜਾ ਕੋਰਟ ਦੇ ਬਾਰੇ ਹੁੰਦਾ ਹੈ ਸਾਨੂੰ ਉੱਚ ਨਿਆਂਪਾਲਿਕਾ ਦਾ ਬਹੁਤ ਆਦਰ ਕਰਨਾ ਚਾਹੀਦਾ ਹੈ। ਮੇਰੀ ਇੱਕ ਲਾਈਨ ਹੁੰਦੀ ਹੈ ਜਦੋਂ ਉੱਚ ਨਿਆਂਪਾਲਿਕਾ ਦੀ ਗੱਲ ਆਉਂਦੀ ਹੈ, ਵੀ ਸਬਮਿਟ ਟੂ ਦ ਮੈਜੈਸਟੀ ਆਫ ਲਾਅ, ਵੀ ਸਬਮਿਟ ਟੂ ਦ ਮੈਜੈਸਟੀ ਆਫ ਲਾਅ, ਅਤੇ ਅਸੀਂ ਸਬਮਿਟ ਕਰਦੇ ਹਾਂ। ਅਗਰ ਕੋਈ ਜੱਜ ਪਬਲਿਕਲੀ ਆ ਕੇ ਕੋਈ ਚੀਜ਼ ਅਨਾਊਂਸ ਕਰ ਰਿਹਾ ਤਾਂ ਭਾਈ ਉਹਨੂੰ ਕੌਣ ਅਣਗਹਿਲਾ ਕਰ ਸਕਦਾ? ਬਿਲਕੁਲ ਉਹਦੇ ਵਿੱਚ ਕੋਈ ਮਤਲਬ ਉਹਦੀ ਕਿੰਨੀ ਵੱਡੀ ਮਜਬੂਰੀ ਹੋਣੀ ਕਿ ਉਹ ਓਪਨਲੀ, ਜਿਹੜਾ ਕਿ ਅੱਜ ਤੱਕ ਹੋਇਆ ਨਹੀਂ ਹਿਸਟਰੀ 'ਚ ਕਦੇ ਹੋਇਆ, ਮਤਲਬ ਇਹਨੂੰ ਸੁਲਟਾਉਣਾ ਚਾਹੀਦਾ। ਔਰ ਜਿਹੜੀ ਉੱਚ ਨਿਆਂਪਾਲਿਕਾ ਦੀ ਮਰਿਆਦਾ ਹੈ ਉਹ ਸਾਡੇ ਲਈ ਅਪਰੰਪਾਰ ਹੈ, ਔਰ ਵੀ ਆਲਵੇਜ਼ ਵਿਲ ਐਂਡ ਹੈਵ ਸਬਮਿਟਡ ਟੂ ਦ ਮੈਜਿਸਟਰੀ ਆਫ ਲਾਅ। ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਮਿੱਤਰਾ, ਡਿਪਾਰਟਮੈਂਟ ਦਾ ਔਰ ਬੜਾ ਅਹਿਮ ਔਰ ਇੰਪੋਰਟੈਂਟ ਸਿਗਨੀਫਿਕੈਂਟ ਨਾਰਾ ਹੈ ਉਹ, 5 ਸਾਲ ਦਾ ਸਾਡਾ ਅਚੀਵਮੈਂਟ ਦਾ ਗੋਲ ਹੈ ਉਹ ਕਿ ਕੈਪਟਨ ਸਰਕਾਰ ਲੋਕਾਂ ਦੇ ਦੁਆਰ, ਗਵਰਨਮੈਂਟ ਐਟ ਯੋਰ ਡੋਰ ਸਟੈਪ, ਇਸ ਨਾਰੇ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਲੋਹੜੀ ਦੇ ਇਸ ਮੌਕੇ ਦੇ ਉੱਤੇ ਜਦੋਂ ਕੜਕ ਦੀ ਠੰਡ ਹੈ ਇੱਕ ਬਹੁਤ ਹੀ ਨਫੀਸ ਤੋਹਫ਼ਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਅੰਮ੍ਰਿਤਸਰ ਵਾਸੀਆਂ ਦੇ ਲਈ ਲੈ ਕੇ ਆਇਆ। ਇਹ ਮੁੱਦਾ
ਵਾਸ ਹੈਂਗਿੰਗ ਫਾਇਰ ਫੋਰ ਅ ਲੌਂਗ ਲੌਂਗ ਟਾਈਮ। ਇਹਦਾ ਜਿਹੜੀ ਗੁੱਥੀ ਸੀ ਉਹ ਉਲਝੀ ਹੋ ਜਾਂਦੀ ਸੀ ਔਰ ਸੁਲਝਣ ਦਾ ਕੋਈ ਸੰਭਾਵਨਾ ਨਹੀਂ ਸੀ। ਪਿਛਲੀ ਸਰਕਾਰ ਨੇ ਗਲਿਆਰੇ ਦੀ OTS ਕੱਢੀ ਸੀ, ਜਿਹੜੇ ਹੋਟਲ ਗਲਿਆਰੇ ਦੇ ਵਿੱਚ ਆਉਂਦੇ ਆ ਔਰ ਬੜੀ ਅਹਿਮ ਭੂਮਿਕਾ ਨਿਭਾਉਂਦੇ ਆ, ਕਿਉਂਕਿ ਇੱਥੇ ਜਿਹਨੂੰ ਕਹਿੰਦੇ ਨੇ ਥੋੜ੍ਹੇ ਦਾਮ ਦੇ ਵਿੱਚ, ਜਿਹਨੂੰ ਕਹਿੰਦੇ ਨੇ ਮਿਡਲ ਕਲਾਸ ਲੋਕਾਂ ਦੇ ਲਈ ਅਫੋਰਡੇਬਲ ਪ੍ਰਾਈਸਿਸ ਦੇ ਉੱਤੇ ਹੋਟਲ ਬਹੁਤ ਘੱਟ ਨੇ, ਉਹਨਾਂ ਨੂੰ ਵੀ ਮੱਦੇਨਜ਼ਰ ਰੱਖਿਆ। ਕਰੀਬ ਕਰੀਬ 215 ਬੈਨੀਫਿਸ਼ਰੀ ਨੇ ਇਹਦੇ, 215 ਘੱਟ ਨੰਬਰ ਨਹੀਂ ਹੁੰਦਾ, ਜੇ 215 ਦੇ ਇੰਪਲੋਈ ਲਾਓ ਔਨ ਐਨ ਐਵਰੇਜ ਕਿੰਨੇ ਕੋਣੇ ਜੀ? 5000 ਇੰਪਲੋਈ ਵਰਕ ਕਰ ਰਿਹਾ ਜੀ, 5000 ਮਤਲਬ ਮੋਰ ਦੈਨ 5000 ਪੀਪਲ ਆਰ ਵਰਕਿੰਗ ਵਿਦ ਦੈਮ। ਇਹਦਾ ਮਤਲਬ 5000 ਬੰਦੇ ਅਗਰ ਵਰਕ ਕਰ ਰਹੇ ਆ ਤੇ 5000 ਫੈਮਿਲੀ ਨੂੰ ਜੇ ਲਾਓ ਤੇ 25000 ਬੰਦਾ ਹੋ ਗਿਆ, ਕਿਉਂਕਿ 4-4 5-5 ਬੰਦੇ ਇੱਕ ਫੈਮਿਲੀ 'ਚ ਨੇ ਅਤੇ ਉਹਨਾਂ ਦੇ ਘਰ ਦੀ ਰੋਜ਼ੀ ਰੋਟੀ ਦਾ ਵੀ ਸਾਨੂੰ ਪੂਰਾ ਖਿਆਲ ਸੀ। ਲੇਕਿਨ ਫਿਰ ਵੀ ਇਹ ਗੱਲ ਸਿਰੇ ਨਹੀਂ ਸੀ ਚੜ੍ਹ ਰਹੀ। ਔਰ ਪਿਛਲੀ ਸਰਕਾਰ ਦੀ ਦੌਰਾਨ ਜਦੋਂ ਇਹ OTS ਆਈ ਤਾਂ ਸਿਵਲ ਰਿਟ ਪਟੀਸ਼ਨਾਂ 14-15 ਪਈਆਂ ਕੋਰਟ 'ਚ, ਔਰ ਇਹੀ ਪਤਵੰਤੇ ਸੱਜਣ ਨੇ ਜਿਨ੍ਹਾਂ ਨੇ ਪਾਈਆਂ ਸੀ ਉਹ, ਕਿਉਂਕਿ ਇਹਨਾਂ ਨੇ ਕਿਹਾ ਕਿ ਜੀ ਰੇਟ ਬਹੁਤ ਵੱਡੇ ਨੇ, ਇਹ ਰੇਟ ਸਾਡੇ ਲਈ ਬਹੁਤ ਐਗਜ਼ੋਰਬਿਟੈਂਟ ਨੇ ਐਂਡ ਵੀ ਕੈਨ ਨਾਟ ਫੁਲਫਿਲ ਦੀਜ਼ ਟਰਮਸ। ਇਸ ਕਰਕੇ ਇੱਕ ਵੀ ਬੰਦਾ ਉਹਨਾਂ ਰੇਟਾਂ ਦੇ ਵਿੱਚ ਉਸ ਪੋਲਿਸੀ ਨੂੰ ਮਤਲਬ ਸੈਟਲ ਨਹੀਂ ਕਰ ਸਕਿਆ ਔਰ ਕੋਈ ਵੀ ਬੰਦਾ ਅੱਗੇ ਨਹੀਂ ਆਇਆ। ਕੋਰਟ ਨੇ ਹਦਾਇਤ ਦਿੱਤੀ ਕਿ ਸੈਕਟਰੀ ਲੋਕਲ ਗਵਰਨਮੈਂਟ ਦੇ ਨਾਲ ਜਿੰਨੇ ਵੀ ਇਹ ਹੋਟਲੀਅਰ ਨੇ ਉਹ ਬੈਠ ਕੇ ਵਿਚਾਰ ਵਟਾਂਦਰਾ ਕਰਨ ਅਤੇ ਕਿਸੇ ਐਮੀਕੇਬਲ ਸੋਲਿਊਸ਼ਨ ਦੇ ਉੱਤੇ ਪਹੁੰਚਣ। ਇਫ ਯੂ ਆਰ ਨੋਟ ਪਾਰਟ ਆਫ ਦ ਸੋਲਿਊਸ਼ਨ, ਯੂ ਆਰ ਪਾਰਟ ਆਫ ਦ ਪ੍ਰੈਸੀਪੀਟੇਟ। ਔਰ ਸਰਕਾਰ ਉਹ ਹੁੰਦੀ ਹੈ ਜਿਹੜੀ ਹੱਲ ਕੱਢ ਦੇਵੇ ਕਿਸੇ ਵੀ ਤਰੀਕੇ ਨੂੰ। ਫਿਰ ਇਹਨਾਂ ਨਾਲ ਜਦੋਂ ਵਿਚਾਰ ਹੋਏ ਤਾਂ ਇਹਨਾਂ ਨੇ ਕਿਹਾ ਜੀ ਬਹੁਤ ਵੱਡੇ ਰੇਟ ਨੇ, ਇਹ ਤਾਂ ਕਹਿੰਦੇ ਸੀ ਜੀ ਸਾਨੂੰ 25% ਲਾਓ, ਲੇਕਿਨ ਸਰਕਾਰਾਂ ਇੱਦਾਂ ਨਹੀਂ ਚੱਲਦੀਆਂ, ਨਾ ਇਹਨਾਂ ਦੀ ਸੁਣੀ ਗਈ ਨਾ ਕਿਸੇ ਹੋਰ ਦੀ ਸੁਣੀ ਗਈ। ਸੈਕਟਰੀ, ਡਾਇਰੈਕਟਰ ਲੋਕਲ ਸੈਲਫ ਗਵਰਨਮੈਂਟ, ਕਈ ਮੀਟਿੰਗਾਂ ਦੇ ਵਿੱਚ ਮੈਂ ਵੀ ਬੈਠਿਆ ਔਰ ਇਸ ਸਮੱਸਿਆ ਦਾ ਪੂਰੀ ਤਰ੍ਹਾਂ ਅਸੀਂ ਸਮਾਧਾਨ ਕਰਕੇ ਅੱਜ ਖੁਸ਼ਖਬਰੀ ਲੈ ਕੇ ਆਏ ਹਾਂ ਇਹਨਾਂ 215 ਬੈਨੀਫਿਸ਼ਰੀਜ਼ ਨੂੰ। ਔਰ ਦੇਖੋ ਇਹਨਾਂ ਦੇ ਚਿਹਰੇ ਵੀ ਕਿੱਦਾਂ ਖਿੜੇ ਆ, ਅੱਜ ਲੋਹੜੀ ਵਾਂਗੂ ਭਖਦੇ ਆ, ਜਾਨ ਪੈ ਗਈ ਹੈ। ਔਰ ਇਹਦੇ ਜਿਹੜੇ ਰੇਟਸ ਨੇ ਮੈਂ ਤੁਹਾਨੂੰ ਉਹ ਪ੍ਰੋਪਰਲੀ ਦੱਸ ਦਿੰਦਾ। ਇਹ ਜਿਹੜਾ ਐਕਟ ਹੈਗਾ, ਰੈਕੋਗਨੀਸ਼ਨ ਆਫ ਯੂਸੇਜ ਐਕਟ ਦੀ ਅਮੈਂਡਮੈਂਟ ਪਈ 2017 ਦੇ ਵਿੱਚ, ਇਹਦੀ ਕੱਟ ਆਫ ਡੇਟ ਜਿਹੜੀ ਸੀਗੀ ਉਹ 29/4/2016 ਸੀ, ਉਹ ਡੇਟ ਲੰਘ ਗਈ ਸੀ। ਇਸ ਕਰਕੇ ਸਪੈਸ਼ਲ ਪ੍ਰੋਵੀਜ਼ਨ ਪਾ ਕੇ ਇਹ ਜਿਹੜੀ ਅਪਰੂਵਲ ਸੀ ਇਹ ਕੈਪਟਨ ਅਮਰਿੰਦਰ ਸਿੰਘ ਜੀ ਔਰ ਉਹਨਾਂ ਦੀ ਕੈਬਨਿਟ ਤੋਂ ਲੈਣੀ ਪੈਣੀ ਸੀ। ਅਤੇ ਮੈਂ ਤੁਹਾਨੂੰ ਬੜੇ ਫਖਰ ਨਾਲ ਦੱਸ ਰਿਹਾ ਕਿ ਕੈਪਟਨ ਸਾਹਿਬ ਨੇ ਅੱਧਾ ਮਿੰਟ ਨਹੀਂ ਲਾਇਆ, ਕੋਈ ਇਹਦੇ 'ਤੇ ਡਿਸਕਸ਼ਨ ਨਹੀਂ ਹੋਈ ਔਰ ਇਸ ਡੇਟ ਨੂੰ ਫਟ ਦੇਣ ਐਕਸਟੈਂਡ ਕਰ ਦਿੱਤਾ ਗਿਆ। ਸੋ ਅਸੀਂ ਕੈਪਟਨ ਸਾਹਿਬ ਦੇ ਧੰਨਵਾਦੀ ਹਾਂ ਇਸ ਗੱਲ ਦੇ ਉੱਤੇ। ਔਰ ਉਸ ਤੋਂ ਬਾਅਦ ਇਹ ਸਾਡੇ ਉੱਤੇ ਸੀ ਕਿ ਜਿਹੜੇ ਰੇਟ ਫਿਕਸ ਨੇ ਉਹਦੀਆਂ ਮੀਟਿੰਗਾਂ ਕਰੀਬ ਕਰੀਬ 5-7 ਮੀਟਿੰਗਾਂ ਹੋਈਆਂ, ਜ਼ਿਆਦਾ ਹੀ ਹੋਈਆਂ, 7-8 ਮੀਟਿੰਗਾਂ ਦੇ ਵਿੱਚ ਨਿਸ਼ਕਰਸ਼ ਦੇ ਉੱਤੇ ਅਸੀਂ ਪਹੁੰਚੇ। ਐਜ਼ ਪਰ ਦੀਜ਼ ਰੂਲਸ ਰਿਲੀਫ ਹੈਜ਼ ਬੀਨ ਗਿਵਨ ਬਾਏ ਰੀਕਨਸਿਡਰਿੰਗ ਐਂਡ ਰਿਡਿਊਸਿੰਗ ਦ ਰੇਟਸ ਫਿਕਸਡ ਅਰਲੀਅਰ ਐਜ਼ ਪਰ ਦੀ ਅਮੈਂਡਡ ਰੂਲਸ ਫੋਰ ਕੰਪਾਊਂਡੇਬਲ ਬਿਲਡਿੰਗਸ, ਜਿਹੜੀਆਂ ਕੰਪਾਊਂਡੇਬਲ ਬਿਲਡਿੰਗਸ ਨੇ ਉਹਨਾਂ ਦੀ ਵਾਇਲੇਸ਼ਨ ਦੇ ਨਾਲ ਡਿਫਾਈਨਡ ਇਨ ਚੈਪਟਰ 3.15 ਆਫ ਮਿਊਨਸੀਪਲ ਬਿਲਡਿੰਗ ਬਾਇਲੋਸ, ਕੰਪੋਜੀਸ਼ਨ ਫੀ ਵਿਲ ਬੀ ਚਾਰਜ ਐਟ 25 ਰੁਪੀਸ ਪਰ ਸਕੁਏਅਰ ਫੀਟ। ਔਰ
ਜਿਹੜੀ ਨੌਨ ਕੰਪਾਊਂਡੇਬਲ ਹੈ ਵਾਇਲੇਸ਼ਨ ਐਜ ਪਰ ਬਾਏ ਲਾਜ਼ ਫੀਸ ਵਿਲ ਬੀ ਐਜ ਅੰਡਰ 2016 ਦੇ ਵਿੱਚ 125 ਸਕੁਏਅਰ ਯਾਰਡ ਤੱਕ ਦਾ ਜਿਹੜਾ ਗੈਸਟ ਹਾਊਸ ਸੀ ਉਹਦੀ ਰੈਕਮੈਂਡਡ ਉਹ ਸੀ 500 ਰੁਪਈਏ, ਉਹਨੂੰ ਘਟਾ ਕੇ ਅਸੀਂ 250 ਰੁਪਈਏ ਕਰ ਰਹੇ ਹਾਂ। ਸਰਕਾਰ ਨੇ ਮਨਜ਼ੂਰੀ ਦਿੱਤੀ ਹੈ 250 ਰੁਪਏ ਕਰਨ ਦੀ। ਜਿਹੜੇ 125 ਸਕੁਏਅਰ ਫੁੱਟ ਦੇ ਗੈਸਟ ਹਾਊਸ ਨੇ ਇਹਨਾਂ ਨੂੰ ਘਟਾ ਕੇ 500 ਤੋਂ 250, ਜਿਹੜੇ 1000 ਰੁਪਈਏ ਦੀ ਉਹ ਸੀ ਉਹਨਾਂ ਨੂੰ 1000 ਤੋਂ 500, ਅਤੇ ਜਿਹੜੇ 125 ਤੋਂ 500 ਸਕੁਏਅਰ ਯਾਰਡ ਦੇ ਹੋਟਲ ਨੇ ਉਹਨਾਂ ਦਾ 1000 ਰਿਕਮੈਂਡਡ ਸੀਗਾ 2016 ਦੀ ਪੋਲਿਸੀ ਦੇ ਵਿੱਚ, ਉਹਨੂੰ ਅਸੀਂ 500 ਰੁਪਈਏ ਕਰਦੇ ਹਾਂ।